ਮਨਜੀਤ ਸਿੰਘ ਬੋਪਾਰਾ ਦੀ ਪੁਸਤਕ ਜੋਤਿਸ਼ ਛੂਟ ਬੋਲਦਾ ਹੈ ਦਾ ਅਗਲਾ ਅੰਗ ਹੈ ਕਿ ਗ੍ਰਹਿ ਧਰਤੀ ਉੱਤੇ ਜਾਂ ਧਰਤੀ ਉੱਪਰਲੇ ਜੀਵਨ ਉੱਤੇ ਪ੍ਰਭਾਵ ਪਾਉਂਦੇ ਹਨ ਤਾਰਾ ਵਿਗਿਆਨੀ ਆਕਾਸ਼ੀ ਪਿੰਡਾਂ ਦੇ ਵਿਗਿਆਨ ਦੇ ਵਿਦਿਆਰਥੀ ਹੁੰਦੇ ਹਨ ਤੇ ਅਜੇ ਵਿਗਿਆਨੀ ਵੀ ਹੁੰਦੇ ਹਨ ਜਿਹੜੇ ਗ੍ਰਹਾਂ ਤੇ ਤਾਰਿਆਂ ਨੂੰ ਨਿਹਾਰਦੇ ਤੇ ਉਹਨਾਂ ਬਾਰੇ ਅਧਿਐਨ ਕਰਦੇ ਹਨ ਇੱਕ ਵੀ ਅਜਿਆ ਤਾਰਾ ਵਿਗਿਆਨੀ ਨਹੀਂ ਜਿਹੜਾ ਆਕਾਸ਼ੀ ਪਿੰਡਾਂ ਦੇ ਮਨੁੱਖੀ ਕਿਸਮਤਾਂ ਉੱਤੇ ਪ੍ਰਭਾਵ ਪੈਣ ਦਾ ਦਾਵਾ ਕਰਦਾ ਹੋਵੇ ਸੂਰਜ ਤੇ ਚੰਦਰਮਾ ਧਰਤੀ ਉੱਪਰ ਗੁਰੂਤਾ ਖਿੱਚ ਤੇ ਚੁੰਬਕੀ ਪ੍ਰਭਾਵ ਰਾਈ ਥੋੜੀਆਂ ਜੀਆਂ ਤਬਦੀਲੀਆਂ ਦਾ ਜ਼ਰੂਰ ਲਿਆਉਂਦੇ ਐ ਪਰ ਗ੍ਰਹਿ ਦਾ ਪੂਰਾ ਵੀ ਅਸਰ ਨਹੀਂ ਹੁੰਦਾ ਭਾਵੇਂ ਚੰਦਰਮਾ ਸੂਰਜ ਤੋਂ ਬਹੁਤ ਛੋਟਾ ਹੈ ਪਰ ਇਹ ਧਰਤੀ ਦੇ ਨੇੜੇ ਹੋਣ ਕਰਕੇ ਉਹਦੇ ਸਮੁੰਦਰਾਂ 'ਚ ਜਵਾਰ-ਭਾਟੇ ਪੈਦਾ ਕਰਦਾ ਹੈ ਜੋਤਸ਼ੀਆਂ ਵੱਲੋਂ ਬਿਆਨੀਆਂ ਜਾਂਦੀਆਂ ਖੋਤੀ ਤਰੰਗਾਂ ਨੇ ਧਰਤੀ ਉੱਤੇ ਕਿਸੇ ਵੀ ਅੰਤਰ ਦੀ ਸੂਈ ਨਹੀਂ ਹਿਲਾਈ ਕਿਸੇ ਯੰਤਰ ਨਹੀਂ ਉਹਨਾਂ ਨੂੰ ਮਾਪਿਆ ਜਾਂ ਪਾਪਿਆ ਨਹੀਂ ਜਾ ਸਕਦਾ ਇੱਥੇ ਮੈਂ ਰਾਇਲ ਅਬਜ਼ਰਵੇਟਰੀ ਗ੍ਰੀਨਵਿਚ ਦੇ ਸਾਬਕਾ ਤਾਰਾ ਵਿਗਿਆਨੀ ਡਾਕਟਰ ਹੈਰੋਲਡ ਸਪੈਂਸਰ ਦੇ ਵਿਚਾਰ ਪੇਸ਼ ਕਰਨੇ ਚਾਹਨਾ ਜਿਸ ਨੇ ਜੋਤਿਸ਼ ਨੂੰ ਕੂੜੇ ਕਰਕਟ ਦੀ ਰਾਣੀ ਦੀ ਟੁਕਵੀ ਤੇ ਸ਼ਾਨਦਾਰ ਸੰਗਿਆ ਪ੍ਰਦਾਨ ਕੀਤੀ ਉਹਨੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕੀਤੇ ਜੋਤਿਸ਼ ਅਕਾਸ਼ੀ ਪਿੰਡਾਂ ਸੂਰਜ ਚੰ드ਰਮਾ ਗ੍ਰਹਾਂ ਤੇ ਤਾਰਿਆਂ ਦੇ ਮਨੁੱਖੀ ਮਸਲਿਆਂ ਉੱਤੇ ਪ੍ਰਭਾਵ ਦਾ ਦਾਵਾ ਕਰਦਾ ਹੈ ਕਿਹਾ ਜਾਂਦਾ ਹੈ ਕਿ ਵਿਅਕਤੀ ਦੇ ਜਨਮ ਸਮੇਂ ਗ੍ਰਹਾਂ ਦੀ ਸਥਿਤੀ ਦਾ ਉਹਦੀ ਸ਼ਖਸੀਅਤ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ ਜਨਮ ਸਮੇਂ ਗ੍ਰਹਾਂ ਦੀ ਸਥਿਤੀ ਨੂੰ ਜਨਮ ਪਿੱਛੋਂ ਕਦੇ ਵੀ ਪੜ ਕੇ ਪੂਰੇ ਖਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਦਾਵੇ ਕਾਫੀ ਵਧਾ-ਚੜਾ ਕੇ ਪੇਸ਼ ਕੀਤੇ ਹੋਏ ਤੇ ਖਤਰਨਾਕ ਹਨ ਜਿਵੇਂ ਕਿ ਬਿਮਾਰੀਆਂ ਦਾ ਇਲਾਜ ਵੀ ਜੋਤਿਸ਼ ਰਾਹੀਂ ਕੀਤਾ ਜਾ ਸਕਦਾ ਹੈ ਸੰਸਾਰ ਦੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ ਮੌਸਮ ਬਾਰੇ ਵੀ ਪਹਿਲਾਂ ਹੀ ਦੱਸਿਆ ਜਾ ਸਕਦਾ ਹੈ ਕੁਝ ਲੋਕ ਤਾਂ ਇੱਥੇ ਤੱਕ ਵਿਸ਼ਵਾਸ ਕਰਦੇ ਹੈ ਕਿ ਜੇ ਗ੍ਰਹਾਂ ਦੀ ਸਥਿਤੀ ਵਾਚਣ ਉਪਰੰਤ ਬੀਜ ਬੀਜਿਆ ਜਾਏ ਤਾਂ ਫਸਲ ਵਧਿਆ ਪੈਦਾ ਹੁੰਦੀ ਹੈ ਅਜਿਹੇ ਦਾਅਵੇ ਬਿਲਕੁਲ ਹੀ ਨਿਰਆਧਾਰ ਹਨ ਕੋਈ ਵੀ ਤਾਰਾ ਵਿਗਿਆਨੀ ਅਜਿਹੀਆਂ ਗੱਲਾਂ ਨਹੀਂ ਕਹਿ ਸਕਦਾ ਪਰ ਜੋਤਿਸ਼ੀ ਬਹੁਤ ਸਾਰੇ ਲੋਕਾਂ ਦੀ ਭਵਿੱਖ ਨੂੰ ਜਾਣਨ ਦੀ ਇੱਛਾ ਦਾ ਫਾਇਦਾ ਉਠਾਉਂਦੇ ਹਨ ਉਹ ਇਸ ਪ੍ਰਾਚੀਨ ਵਿਸ਼ਵਾਸ ਨੂੰ ਪੰਪੰਚ ਮਦਦ ਕਰਦੇ ਹਨ ਕਿ ਸਾਡਾ ਜੀਵਨ ਕੁਝ ਹੱਦ ਤੱਕ ਕਿਸੇ ਵੀ ਗੈਬੀ ਸ਼ਕਤੀਆਂ ਰਹੀ ਨਿਯੰਤਰਿਤ ਕੀਤਾ ਜਾਂਦਾ ਹੈ ਬਿਨਾਂ ਕਿਸੇ ਸ਼ੱਕ ਦੇ ਜੋਤਿਸ਼ੀ ਯੰਤਰੀ ਟੇਵਾ ਤਿਆਰ ਕਰੇਗਾ ਤੇ ਭਵਿੱਖ ਬਾਰੇ ਨਸੀਹਤਾਂ ਦੇਵੇਗਾ ਸਿਰਫ ਆਪਣੀ ਫੀਸ ਲਈ ਇਹ ਬੜੀ ਮਹੱਤਵਪੂਰਨ ਗੱਲ ਹੈ ਮੈਂ ਅਜੇ ਕਿਸੇ ਜੋਤਿਸ਼ੀ ਨੂੰ ਨਹੀਂ ਜਾਣਦਾ ਜਿਹੜਾ ਤਾਰੇ ਵੇਖਣ ਦਾ ਤਜਰਬੇਕਾਰ ਹੋਵੇ ਤੇ ਨਾ ਹੀ ਮੈਨੂੰ ਕਿਸੇ નિਪੁੰਨ ਤਾਰਾ નિਹਾਰਨ ਵਾਲੇ ਵਿਅਕਤੀ ਦਾ ਗਿਆਨ ਹੈ ਜਿਹੜਾ ਜੋਤਸ਼ੀ ਹੋਵੇ ਹੌਲੀ-ਹੌਲੀ ਤਾਰਿਆਂ ਨੂੰ ਵੇਖਣਾ ਤੇ ਉਹਨਾਂ ਦਾ ਅਧਿਐਨ ਕਰਨਾ ਤਾਰਾ ਵਿਗਿਆਨੀਆਂ ਦਾ ਕੰਮ ਹੈ ਜੋ ਕੁਝ ਵੀ ਉਹਨੇ ਸਿੱਖਿਆ ਉਹਦੇ ਆਧਾਰ ਤੇ ਪੱਕੇ ਇਰਾਦੇ ਨਾਲ ਬਿਨਾਂ ਕਿਸੇ ਝਿਜਕ ਤੋਂ ਇਹ ਕਹਿਣਾ ਉਹਦਾ ਫਰਜ਼ ਹੈ ਕਿ ਜੋਤਿਸ਼ ਇੱਕ ਠੱਗੀ ਹੈ ਜਿਹਦੇ ਨਿਯੰਬਿਤ ਚੁੱਕੇ ਸਮੇਂ ਦੇ ਧੁੰਦਲੇ ਗਿਆਨ ਵਿੱਚੋਂ ਇਕੱਠੇ ਕੀਤੇ ਹੋਏ ਹਨ ਅਫਸੋਸ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਜੋਤਿਸ਼ ਦੇ ਕਾਰਗਰ ਹੋਣ 'ਚ ਵਿਸ਼ਵਾਸ ਰੱਖਦੇ ਹਨ ਅਜਿਹੀਆਂ ਚਿੱਠੀਆਂ ਨਾਲ ਮੇਰੀਆਂ ਫਾਈਲਾਂ ਭਰੀਆਂ ਪਈਆਂ ਜਿਨ੍ਹਾਂ 'ਚੋਂ ਕਈ ਬਹੁਤ ਹੀ ਭਿਆਨਕ ਹਨ ਤੇ ਇਹ ਦਰਸਾਉਂਦੀਆਂ ਹਨ ਕਿ ਕਿਵੇਂ ਜੋਤਿਸ਼ ਵਿੱਚ ਉਹਨਾਂ ਦੇ ਵਿਸ਼ਵਾਸ ਨੇ ਉਹ ਘਰ ਬਰਬਾਦ ਕਰ ਦਿੱਤੇ ਜਿਹੜੇ ਪਹਿਲਾਂ ਹੱਸਦੇ ਵਸਦੇ ਸੀ ਮੈਂ ਕਹਾਂਗਾ ਜਿੱਥੇ ਤਾਰਾ ਵਿਗਿਆਨ ਵਿਗਿਆਨਾਂ ਦੀ ਰਾਣੀ ਹੈ ਉੱਥੇ ਜੋਤਿਸ਼ ਕੂੜੇ ਕਰਕਟ ਦੀ ਹੀ ਰਾਣੀ ਹੈ ਦੂਸਰੇ ਗ੍ਰਹਿਾਂ ਦੇ ਚੰ드ਰਮਾ ਉਹ ਲੋੇ ਕੀਤੇ ਜਾਂਦੇ ਹਨ ਹੁਣ ਤੱਕ ਸਾਡੇ ਵਿਗਿਆਨੀਆਂ ਨੇ ਸੂਰਜ ਪਰਿਵਾਰ ਚ ਸਾਡੀ ਧਰਤੀ ਦੇ ਤੇ ਚੰ드ਰਮਾ ਸਮੇਤ ਕੁੱਲ 60 ਉਪਗ੍ਰਹ ਲੱਭੇ ਹਨ ਜੋਤਸ਼ੀ ਸਾਡੀ ਧਰਤੀ ਦੇ ਉਪਗ੍ਰਹਾਂ ਨੂੰ ਛੱਡ ਕੇ ਬਾਕੀ ਦੇ ਗ੍ਰਹਾਂ ਦੇ ਉਪਗ੍ਰਹਾਂ ਨੂੰ ਆਖੋ ਲੋੇ ਕਰਦੇ ਹਨ ਭਾਵੇਂ ਉਹ ਦੂਰ ਦੇ ਗ੍ਰਹਾਂ ਯੂਰੋਪੀਨਸ ਨੈਪਚੂਨ ਤੇ ਪਲੂਟੋ ਤੋਂ ਵੀ ਨੇੜੇ ਹਨ ਗੈਨੀਮੀਡ ਟਾਈਟਨ ਕਾਲਿਸਟੋ ਤੇ ਲੀਓ ਉਪਗ੍ਰਹ ਧਰਤੀ ਤੇ ਚੰ드ਰਮਾ ਤੋਂ ਕਿਤੇ ਵੱਡੇ ਹਨ ਧਿਆਨ ਦੀ ਗੱਲ ਹੈ ਕਿ ਮੈਂ ਹਜ਼ਾਰਾਂ ਹੀ ਛੋਟੇ ਗ੍ਰਹਿਾਂ ਦਾ ਵਰਣਨ ਹੀ ਨਹੀਂ ਕਰ ਰਿਹਾ ਜਿਨ੍ਹਾਂ ਨੂੰ ਉਲਕਾ ਕਿਹਾ ਜਾਂਦਾ ਹੈ ਤੇ ਜੋ ਆਮ ਕਰਕੇ ਮੰਗਲ ਤੇ ਜੁਪੀਟਰ ਗ੍ਰਹਿ ਵਿੱਚ ਘਰ ਸਥਿਤ ਹਨ ਤੇ ਸੂਰਜ ਦੇ ਦੁਆਲੇ ਘੁੰਮਦੇ ਹਨ ਹੈਰਾਨੀ ਦੀ ਗੱਲ ਹੈ ਕਿ ਐਸਟਰਾਇਡਾਂ ਤੋਂ ਆਕਾਰ 'ਚ ਛੋਟੇ ਤੇ ਬਹੁਤੇ ਉਪਗ੍ਰਹਿ ਤੋਂ ਦੂਰ ਵਿੰਗੀ ਤੇ ਡਿੱਡੀ ਸ਼ਕਲ ਵਾਲੇ ਕਦੇ-ਕਦੇ ਪੂਛ ਵਾਲੇ ਪੂਛਲਤਾਰੇ ਇਹਨਾਂ ਜੋਤਸ਼ੀਆਂ ਦੁਆਰਾ ਬਹੁਤ ਹੀ ਭਿਆਨਕ ਘਟਨਾਵਾਂ ਦੇ ਸੂਚਕ ਸਮਝੇ ਜਾਂਦੇ ਹਨ ਕੋਈ ਵੀ ਗ੍ਰਹਿ ਜਾਂ ਆਕਾਸ਼ੀ ਪਿੰਡ ਇਹਨਾਂ ਬਦਨਾਮ ਨਹੀਂ ਜਿਨ੍ਹਾਂ ਇਹ ਪੂਛਲਤਾਰੇ ਹਨ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਆਕਾਸ਼ੀ ਪਿੰਡਾਂ ਦੀ ਵਰਤੋਂ ਕਿਸੇ ਨਿਯਮ ਅਨੁਸਾਰ ਨਹੀਂ ਕੀਤੀ ਜਾਂਦੀ ਜੋਤਸ਼ੀ ਆਪਣੀ ਮਰਜ਼ੀ ਨਾਲ ਹੀ ਇਹਨਾਂ ਦੀ ਵਰਤੋਂ ਕਰੀ ਜਾਂਦੇ ਹਨ ਜੋਤਸ਼ੀਆਂ ਵੱਲੋਂ ਟੇਵਾ ਤਿਆਰ ਕਰਨ 'ਚ ਸਿਰਫ ਪੂਛਲਤਾਰੇ ਇੱਕ ਉਪਗ੍ਰਹਿ ਚੰਦਰਮਾ ਤੇ ਕੁਝ ਗ੍ਰਹਾਂ ਤੇ ਇਕ ਤਾਰੇ ਸੂਰਜ ਦੀ ਹੀ ਵਰਤੋਂ ਕਰਨੀ ਇਸ ਤਰ੍ਹਾਂ ਜਾਪਦੀ ਹੈ ਜਿਵੇਂ ਇੱਕ ਘੋੜਾ ਬੱਗੀ 'ਚ ਇੱਕ ਕਾਰ ਦਾ ਇੰਜਣ ਜੜ ਦਿੱਤਾ ਜਾਵੇ ਕਿਸਮਤ ਤੇ ਜਨਮ ਦਾ ਸਮਾਂ ਜੰਤਰੀ ਤਿਆਰ ਕਰਨ ਸਮੇਂ ਜੋਤਸ਼ੀਆਂ ਕੋਲ ਜਨਮ ਸਮੇਂ ਗ੍ਰਹਾਂ ਦੀ ਸਥਿਤੀ ਜਨਮ ਦੀ ਥਾਂ ਮਰਨ ਦਾ ਸਮਾਂ ਤਿੰਨੋਂ ਹਥਿਆਰ ਹੁੰਦੇ ਹੈ ਕਿ ਜਨਮ ਦਾ ਸਮਾਂ ਕਿਸੇ ਦੀ ਕਿਸਮਤ ਨੂੰ ਪ੍ਰਭਾਵਿਤ ਕਰਦਾ ਹੈ ਕਿ ਇਹ ਸੋਚਣਾ ਤਰਕਸੰਗਤ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਜਾਂ ਬੁਖ ਹਾਕਿਸ ਕਰਕੇ ਪ੍ਰਧਾਨ ਮੰਤਰੀ ਬਣੇ ਕਿਉਂਕਿ ਉਹਨਾਂ ਦਾ ਜਨਮ ਠੀਕ ਉਸ ਸਮੇਂ ਹੋਇਆ ਜਿਹੜਾ ਕਿ ਪ੍ਰਧਾਨ ਮੰਤਰੀ ਬਣਨ ਵਾਸਤੇ ਢੁਕਵਾਂ ਸੀ ਕੀ ਆਖਣਾ ਤਾਰਕਿਕ ਹੈ ਕਿ ਆਸਟ੍ਰੇਲੀਆ ਦੇ ਸਿਆਸਤਦਾਨ ਆਂਡਰਿਊ ਪਿਕਾਕ ਪਾਲ ਕਿਚਿੰਗ ਡਾਕਟਰ ਜான் ਹਾਰਵਰਡ ਇਸ ਕਰਕੇ ਪ੍ਰਧਾਨ ਮੰਤਰੀ ਨਹੀਂ ਬਣ ਸਕੇ ਕਿਉਂਕਿ ਉਹਨਾਂ ਦਾ ਜਨਮ ਉਸ ਸਮੇਂ ਹੋਇਆ ਜਿਹੜਾ ਕਿ ਪ੍ਰਧਾਨ ਮੰਤਰੀ ਬਣਨ ਲਈ ਢੁਕਵਾਂ ਸੀ ਕਿ ਜੋਤਸ਼ੀ ਆਪਣੇ ਤੇ ਦੂਜਿਆਂ ਦੇ ਵਾਸਤੇ ਚੰਗੇ ਜਾਂ ਮਾੜੇ ਸਮਿਆਂ ਬਾਰੇ ਜਾਣਦੇ ਹੁੰਦੇ ਆ ਜੇ ਜੋਤਸ਼ੀ ਚੰਗੇ ਜਿਹਾ ਮਾੜੇ ਸਮਿਆਂ ਬਾਰੇ ਵਾਕਈ ਜਾਣਦੇ ਹੁੰਦੇ ਤਾਂ ਫਿਰ ਉਹ ਪੁਚਾਲ ਹੜ੍ਹ ਸੀਤ ਗਰਮ ਲਹਿਰ ਜਵਾਲਾਮੁਖੀ ਦੇ ਫਟ ਜਾਣ ਦੁਰਘਟਨਾ ਹਵਾਈ ਹਾਦਸਿਆਂ 'ਚ ਖੁਦ ਕਿਉਂ ਮਰਦੇ ਐ ਜਦੋਂ ਇਹ ਜੋਤਸ਼ੀ ਮਹਾਸ਼ੀ ਆਪਣੀਆਂ ਜਾਂ ਆਪਣੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਹੀ ਨਹੀਂ ਬਚਾ ਸਕਦੇ ਤਾਂ ਕਿਸੇ ਹੋਰ ਦੀ ਜ਼ਿੰਦਗੀ ਕਿਵੇਂ ਬਚਾ ਸਕਦੇ ਐ ਜਾਂ ਉਹ ਉਸ ਬਾਰੇ ਕਿਸ ਤਰ੍ਹਾਂ ਨਿਰਦੇਸ਼ ਦੇ ਸਕਦੇ ਐ ਕੀ ਇਹ ਘਟਨਾਵਾਂ ਉਹਨਾਂ ਵਾਲੀ ਕਿਸਮਤ ਦੀ ਪਰਿਭਾਸ਼ਾ 'ਚ ਸ਼ਾਮਲ ਨਹੀਂ ਕਿ 1990 ਦੇ ਇਰਾਨ ਚਾਏ ਭੁਚਾਲ ਕਾਰਨ ਮਰਨ ਵਾਲੇ 60 ਹਜ਼ਾਰ ਵਿਅਕਤੀਆਂ ਦੇ ਜਨਮ ਸਮੇਂ ਜਨਮ ਸਥਾਨ ਤੇ ਉਹਨਾਂ ਦੇ ਗ੍ਰਹਿਣ ਦੀ ਸਥਿਤੀ ਇੱਕੋ ਹੀ ਹੈ ਕਿ ਭੂਪਾਲ ਗੈਸ ਕੰਡ ਚ ਮਰਨ ਵਾਲੇ ਲੋਕਾਂ ਬਾਰੇ ਵੀ ਇਹੀ ਆਖਿਆ ਜਾ ਸਕਦਾ ਹੈ ਕਿਹੜਾ ਗ੍ਰਹਿ ਜਾਂ ਪੂਛਲਤਾਰਾ ਨਾ ਬੇਦੁਸ਼ੀਆਂ ਦੀ ਮੌਤ ਦਾ ਕਾਰਨ ਸੀ ਜੇ ਸਿਰਫ ਗ੍ਰਹਿਣ ਦੀ ਸਥਿਤੀ ਜਨਮ ਦੇ ਸਮੇਂ ਤੇ ਸਥਾਨ ਦੇ ਹੀ ਅਧਿਐਨ ਨਾਲ ਅਜਿਹਾਂ ਮਹੱਤਵਪੂਰਨ ਘਟਨਾਵਾਂ ਬਾਰੇ ਪਵਿਕ ਬਾਣੀ ਕੀਤੀ ਜਾ ਸਕਦੀ ਹੈ ਤਾਂ ਜੋ ਤੁਸੀਂ ਅਗਾਊਂ ਹੀ ਜਾਣਕਾਰੀ ਦੇ ਕੇ ਲੋਕਾਂ ਦੀਆਂ ਜ਼ਿੰਦਗੀਆਂ ਕਿਉਂ ਨਹੀਂ ਬਚਾਉਂਦੇ ਬੱਚੇ ਦਾ ਪੈਦਾ ਹੋਣਾ ਇੱਕ ਯੰਤਰਿਕ ਜਾਂ ਜੈਵਿਕ ਘਟਨਾ ਹੈ ਜਿਹਦੇ ਪੂਰੇ ਹੋਣ ਚ ਗਰਭ ਧਾਰਨ ਤੋਂ ਲੈ ਕੇ 280 ਦਿਨਾਂ ਦੇ ਕਰੀਬ ਸਮਾਂ ਲੱਗਦਾ ਹੈ ਸਰਜਿਕਲ ਆਪਰੇਸ਼ਨਾਂ ਰਾਹੀਂ ਬੱਚੇ ਦੇ ਜਨਮ ਦੀ ਇਸ ਪ੍ਰਕਿਰਿਆ ਨੂੰ ਇਸ ਤੋਂ ਪਹਿਲਾਂ ਵੀ ਨਿਪਰੇ ਚਾੜਿਆ ਜਾ ਸਕਦਾ ਹੈ ਜੇ ਕਿਸਮਤ ਗ੍ਰਹਾਂ ਦੀ ਸਥਿਤੀ ਉੱਪਰ ਨਿਰਭਰ ਕਰਦੀ ਹੈ ਤਾਂ ਡਾਕਟਰੀ ਸਹਾਇਤਾ ਨਾਲ ਟਕਮਨ ਸਥਾਨ ਤੇ ਮناسب ਸਮਾਂ ਵੀ ਨਿਸ਼ਚਿਤ ਕੀਤਾ ਜਾ ਸਕਦਾ ਹੈ ਜੇ ਇਸ ਤਰ੍ਹਾਂ ਹੀ ਹੁੰਦਾ ਤਾਂ ਜੋਤਿਸ਼ੀ ਤੇ ਉਹਨਾਂ ਦੀ ਔਲਾਦ ਹੀ ਸਾਰੇ ਸੰਸਾਰ ਚ ਪ੍ਰਧਾਨ ਮੰਤਰੀਆਂ ਦੀ ਕੁਰਸੀ ਤੇ ਬਿਰਾਜਮਾਨ ਹੁੰਦੀ ਜਿਸ ਤਰ੍ਹਾਂ ਜੰਮਣ ਕਿਰਿਆ ਦੇ ਮਾਹੇ ਡਾਕਟਰ ਗਾਇਨਕੋਲੋਜਿਸਟ ਵੱਦ ਗਾਕਾਂ ਦੀ ਆਸਰਾ ਰੱਖ ਸਕਦੇ ਸੀ ਇਸ ਗੱਲ ਦੀ ਪਰਵਾਹ ਕੀਤੇ ਬਗੈਰ ਕਿ ਉਹ ਕਦੇ ਤੇ ਕਦੋਂ ਤੇ ਕਿੱਥੇ ਜੰਮਿਆ ਰਾਣੀ ਦਾ ਵੱਡਾ ਬੱਚਾ ਹੀ ਰਾਜ ਤੱਕ ਦਾ ਅਗਲਾ ਮਾਲਕ ਹੋਏਗਾ। ਗ੍ਰਹਿਾਂ ਦੀ ਬਿਨਾਂ ਪਰਕ ਕੀਤੀਆਂ ਸਥਿਤੀਆਂ ਜਨਮ ਦਾ ਸਮਾਂ ਤੇ ਸਥਾਨ ਕਦੇ ਵੀ ਸ਼ਾਹੀ ਖਾਨਦਾਨ ਚ ਪੈਦਾ ਹੋਏ ਬੱਚੇ ਨੂੰ ਬਾਦਸ਼ਾਹਤ ਤੋਂ ਲੰਬੇ ਨਹੀਂ ਕਰ ਸਕਦੇ। ਭਾਵੇਂ ਪ੍ਰਾਚੀਨ ਭਾਰਤ ਤੇ ਦੁਨੀਆ ਦੇ ਹੋਰ ਨਾ ਮੁਲਕਾਂ ਦੇ ਰਜਵਾੜਿਆਂ ਦੀ ਤਰ੍ਹਾਂ ਅੱਗਾ ਵਧੂ ਸੋਚਣੀ ਉਹਨਾਂ ਨੂੰ ਆਮ ਵਿਅਕਤੀ ਵੀ ਬਣਾ ਸਕਦੀ ਹੈ। ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਆਪਣੀ ਇਕਲੌਤੀ ਪੁੱਤਰੀ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਮਾਹੌਲ ਤਿਆਰ ਕੀਤਾ ਉਸੇ ਤਰ੍ਹਾਂ ਹੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਆਪਣੇ ਛੋਟੇ ਪੁੱਤਰ ਸੰਜੇ ਗਾਂਧੀ ਨੂੰ ਕਾਂਗਰਸ ਪਾਰਟੀ ਦੇ ਮੁਖੀ ਦੇ ਤੌਰ ਤੇ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਹਵਾਈ ਜਹਾਜ਼ ਦੇ ਚਰਚਿਤ ਹਾਦਸੇ ਵਿੱਚ ਸੰਜੇ ਗਾਂਧੀ ਦੀ ਮੌਤ ਹੋ ਗਈ ਤਾਂ ਇੰਦਰਾ ਗਾਂਧੀ ਨੇ ਆਪਣੇ ਦੂਜੇ ਪੁੱਤਰ ਰਾਜੀਵ ਗਾਂਧੀ ਨੂੰ ਸਿਆਸਤ 'ਚ ਲਿਆਉਣ ਦੀ ਕੋਲ ਨਹੀਂ ਕੀਤੀ ਉਹਦੇ 84 ਚਾਚਨ ਚੇਤੀ ਕਤਲ ਤੋਂ ਬਾਅਦ ਉਹ ਰਾਜੀਵ ਗਾਂਧੀ ਉਹਦਾ ਜਨਮਸ਼ੀਨ ਬਣਿਆ ਉਦੇ ਜਨਮ ਦਾ ਸਮਾਂ ਤੇ ਸਥਾਨ ਉਹਦੀ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਕਿਸਮਤ ਤਾਂ ਖੁਦ ਬਣਾਈ ਜਾਂਦੀ ਹੈ ਬੜੀ ਬੜਾਈ ਪ੍ਰਾਪਤ ਨਹੀਂ ਹੁੰਦੀ ਰਾਸ਼ੀਆਂ ਦੇ ਨਾਂ ਉੱਤੇ ਘਰਾਂ ਦੀ ਹੱਦ ਬੰਦੀ ਜੋਤਿਸ਼ੀ ਰਾਸ਼ੀਆਂ ਦੇ ਨਾਵਾਂ ਦੀ ਪਰਸਪਰ ਮਹੱਤਤਾ ਬਾਰੇ ਨਹੀਂ ਜਾਣਦੇ ਤੁਲਾ ਰਾਸ਼ੀ ਤੱਕੜੀ ਵਰਗੀ ਨਹੀਂ ਹੁੰਦੀ ਦਿਖਦੀ ਤੇ ਨਾ ਹੀ ਮੇਖ ਰਾਸ਼ੀ ਭੇਡੂ ਵਰਗੀ ਦਿਖਾਈ ਦਿੰਦੀ ਹੈ ਸੰਪੂਰਨ ਤੌਰ ਤੇ ਵਿਕਸਿਤ 12 ਕਿਸਮਾਂ ਦੀ ਮਨੁੱਖਤਾ ਦੀ ਘੱਟ ਵਿਕਸਿਤ ਜਾਨਵਰਾਂ ਜਾਂ ਬੇਜਾਨ ਵਸਤੂਆਂ ਨਾਲ ਤੁਲਨਾ ਕਰਨੀ ਤੇ ਉਹਨਾਂ ਦੇ ਆਧਾਰ ਤੇ ਵਿਆਖਿਆ ਕਰਨੀ ਇੱਕ ਬਹੁਤ ਹੀ ਬੇਫੂਦਗੀ ਭਰਪੂਰ ਗੱਲ ਹੈ। ਇੱਕ ਗੱਲ ਇਹ ਵੀ ਹੈ ਕਿ ਕਈ ਸਦੀਆਂ ਦੇ ਸੰਘਰਸ਼ ਤੋਂ ਬਾਅਦ ਅੱਜ ਵੀ 12 ਘਰਾਂ ਦੀ ਸਹੀ ਹੱਦਬੰਦੀ ਕਰਨੀ ਸੰਭਵ ਹੈ। ਜਦੋਂ درست ਹੱਦਬੰਦੀ ਨਹੀਂ ਹੈ ਤਾਂ ਇਹਨਾਂ ਘਰਾਂ ਦੀ ਤਾਂ ਇਹਨਾਂ ਉੱਪਰ ਆਧਾਰਿਤ ਵਿਆਖਿਆਵਾਂ ਕਿਵੇਂ ਠੀਕ ਹੋ ਸਕਦੀਆਂ ਜਦੋਂ ਅਜੀ ਜਿਓਮੈਟਰੀ ਪੱਖੋਂ ਸਹੀ ਹੱਦ ਮੰਦੀ ਨਹੀਂ ਬਣਾਈ ਗਈ ਤਾਂ ਇਹ ਆਖਣਾ ਕਿ ਅੰਕ ਗਿਣਤੀ ਪੱਖੋਂ ਜੰਤਰੀ ਸਹੀ ਹੁੰਦੀ ਹੈ ਇੱਕ ਬਹੁਤ ਹੀ ਮਖੌਲ ਕਰਨ ਵਾਲੀ ਗੱਲ ਹੈ ਜੋਤਿਸ਼ੀ ਵੱਲੋਂ ਆਮ ਤੌਰ ਤੇ ਵਰਤੀ ਜਾਂਦੀ ਪ੍ਰਣਾਲੀ ਇੱਕ ਜਰਮਨ ਜੋਤਿਸ਼ ਰੈਜ਼ਿਓ ਮਾਉਂਟੇਨਸ ਨੇ ਤਿਆਰ ਕੀਤੀ ਅਫਸੋਸ ਨਾਲ ਦੱਸਣਾ ਪੈਂਦਾ ਹੈ ਕਿ ਪ੍ਰਣਾਲੀ ਅਸਲੀ ਰਾਸ਼ੀ ਚੱਕਰ ਜੋਡੀਅਕ ਨਾਲ ਮੇਲ ਨਹੀਂ ਖਾਂਦੇ ਲੱਖਾਂ ਹਜ਼ਾਰਾਂ ਲੋਕ ਜਿਹੜੇ ਅਜਈਆਂ ਊਣਤਾਈਆਂ ਬਾਰੇ ਨਹੀਂ ਜਾਣਦੇ ਤੇ ਸਿਰਫ ਇੰਨਾ ਹੀ ਜਾਣਦੇ ਹੈ ਕਿ ਉਹ ਤੁਲਾ ਤੇ ਮੇਖ ਰਾਸ਼ੀ ਚ ਪੈਦਾ ਹੋਇਆ ਹੈ ਅਕਸਰ ਹੀ ਗੁੰਮਰਾ ਹੋ ਜਾਂਦੇ ਹਨ ਅਖਬਾਰ ਤੇ ਰਸਾਲਿਆਂ ਚ ਜੋਤਿਸ਼ ਸੰਬੰਧੀ ਅੰਕੜੇ ਗਿਣਨ ਵਾਸਤੇ ਬਹੁਤ ਹੀ ਸਧਾਰਨ ਤੇ ਸੌਖੀ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਪ੍ਰਣਾਲੀ ਅਸਲੀਅਤ ਤੋਂ ਕੋਹਾਂ ਦੂਰ ਹੈ ਅਸਲੀ ਰਾਸ਼ੀ ਚੱਕਰ ਦੇ ਹਵਾਲੇ ਅਨੁਸਾਰ ਮਸ਼ਹੂਰ ਜੋਤਸ਼ੀ ਬਰੀਨ ਇਨਜ਼ ਆਪਣੀ ਕਿਤਾਬ ਹੋਰੋਸਕੋਪ ਸਵਿਚ ਲਿਖਦਾ ਹੈ ਕਿ 6 ਲਿਖਿਆਂ ਤਾਰੀਖਾਂ ਵਿਚਕਾਰ ਸੂਰਜ ਹਰ ਰਾਸ਼ੀ ਵਿੱਚ ਚਮਕਦਾ ਹੈ 21 ਮਾਰਚ ਤੋਂ 18 ਅਪ੍ਰੈਲ ਤੱਕ 28 ਦਿਨ ਮੀਨ ਰਾਸ਼ੀ ਵਿੱਚ 18 ਅਪ੍ਰੈਲ ਤੋਂ 10 ਮਈ ਤੱਕ 22 ਦਿਨ ਮੇਕ ਰਾਸ਼ੀ ਵਿੱਚ 10 ਮਈ ਤੋਂ 18 ਜੂਨ 39 ਦਿਨ ਬ੍ਰਿਕ ਰਾਸ਼ੀ ਵਿੱਚ 18 ਜੂਨ ਤੋਂ 21 ਜੁਲਾਈ ਤੱਕ 33 ਦਿਨ मिथुन राशि ਵਿੱਚ 21 ਜੁਲਾਈ ਤੋਂ 10 ਅਗਸਤ ਤੱਕ 20 ਦਿਨ ਕਰਕ ਰਾਸ਼ੀ ਵਿੱਚ 10 ਅਗਸਤ ਤੋਂ 17 ਸਤੰਬਰ ਤੱਕ 38 ਦਿਨ ਸਿੰਘ ਰਾਸ਼ੀ ਵਿੱਚ 17 ਸਤੰਬਰ ਤੋਂ 3 ਨਵੰਬਰ 48 ਦਿਨ ਕੰਨਿਆ ਰਾਸ਼ੀ ਚ 3 ਨਵੰਬਰ ਤੋਂ 16 ਨਵੰਬਰ 13 ਦਿਨ ਤੁਲਾ ਰਾਸ਼ੀ ਚ 16 ਨਵੰਬਰ ਤੇ 13 ਦਸੰਬਰ ਤੱਕ 27 ਦਿਨ বৃশ্চਿਕ ਰਾਸ਼ੀ ਵਿੱਚ 13 ਦਸੰਬਰ ਤੋਂ 1 ਜਨਵਰੀ ਤੱਕ 39 ਦਿਨ ਧਨ ਰਾਸ਼ੀ ਵਿੱਚ 1 ਜਨਵਰੀ ਤੋਂ 14 ਜਨਵਰੀ ਤੱਕ 24 ਦਿਨ ਮਕਰ ਰਾਸ਼ੀ ਵਿੱਚ ਤੇ 14 ਫਰਵਰੀ ਤੋਂ 1 ਮਾਰਚ ਤੱਕ 35 ਦਿਨ ਕੁੰਭ ਰਾਸ਼ੀ ਵਿੱਚ ਇਹ ਅਸਲੀ ਰਾਸ਼ੀ ਚੱਕਰ ਅਨੁਸਾਰ ਸੂਰਜ ਕੰਨਿਆ ਰਾਸ਼ੀ ਚ ਕਰ ਕਰੀਬ 7 ਹਫ਼ਤੇ ਤੇ ਤੁਲਾ ਚ ਸਿਰਫ 13 ਦਿਨ ਚਮਕਦਾ ਹੈ 17 ਸਤੰਬਰ ਤੇ 3 ਨਵੰਬਰ ਦਰਮਿਆਨ ਜਨਮੇ ਬੱਚੇ ਕੰਨਿਆ ਖਾਉਣਗੇ ਤੇ 3 ਨਵੰਬਰ ਤੇ 16 ਨਵੰਬਰ ਦਰਮਿਆਨ ਜਨਮੇ ਬੱਚੇ ਤੁਲਾਖਵਣਗੇ ਇਹ ਤੋਂ ਸਪਸ਼ਟ ਹੁੰਦਾ ਹੈ ਕਿ ਸਧਾਰਨ ਜੋਤਸ਼ੀਆਂ ਵੱਲੋਂ ਦੱਸੀ ਜਾਂਦੀ ਕਿਸਮਤ ਲੋਕਾਂ ਦੀ ਅਗਿਆਨਤਾ ਕਰਨ ਲੁੱਟ ਖਸੁੱਟ ਕਰਨਾ ਹੀ ਹੈ ਤੇ ਇਹ ਨਕਲੀ ਵਿਗਿਆਨ ਅਸਲੀਅਤ ਤੋਂ ਬੇਹੱਦ ਦੂਰ ਹੈ ਸੂਰਜ ਉਦੇ ਹੋਣ ਦਾ ਦਰਜਾ ਪੂਰਬੀ ਖਿਤਜ ਵਿੱਚ ਜਨਮ ਦੇ ਸਹੀ ਸਮੇਂ ਵੇਖੇ ਜਾਣ ਵਾਲੇ ਚਿੰਨ ਰਾਸ਼ੀ ਨੂੰ ਸੂਰਜ ਉਦੇ ਹੋਣ ਦਾ ਦਰਜਾ ਆਖਿਆ ਜਾਂਦਾ ਹੈ ਰਵਾਇਤਾ ਜਾਂ ਪਰੰਪਰਾਗਤ ਜੋਤਿਸ਼ ਵਿਧਿਆ 'ਚ ਇਹਦਾ ਬਹੁਤ ਮਹੱਤਵ ਹੈ। ਜੰਤਰੀ ਤਿਆਰ ਕਰਨ ਲਈ ਆਪਣੀਆਂ ਗਿਣਤੀਆਂ ਗਿਣਤੀਆਂ ਕਰਦੇ ਸਮੇਂ ਰਵਾਇਤੀ ਜੋਤਿਸ਼ੀ ਉੱਤਰੀ ਤੇ ਦੱਖਣੀ ਧਰਵਾਂ 'ਚ ਪੈਦਾ ਹੋਏ ਵਿਅਕਤੀਆਂ ਨੂੰ ਨਕਾਰ ਦਿੰਦੇ ਹਨ ਕਿਉਂਕਿ ਇਹਨਾਂ ਧਰਵਾਂ 'ਤੇ ਸੂਰਜ ਨਾ ਤਾਂ 6 ਮਹੀਨੇ ਚੜਦਾ ਤੇ ਨਾ ਹੀ 6 ਮਹੀਨੇ ਛਿਪਦਾ। ਅਜੋਕੇ ਅਖੌਤੀ ਜੋਤਿਸ਼ੀ ਜਿਹੜੇ ਸੂਰਜ ਉਦੇ ਹੋਣ ਦੇ ਦਰਜੇ ਬਾਰੇ ਧਿਆਨ ਕੇਂਦਰਿਤ ਕਰਨ ਤੋਂ ਕੰਨੀ ਘੱਤਰੋਂਦੇ ਐ ਇਹਦੀ ਬਜਾਏ ਜੰਤਰੀ ਵਿੱਚ ਲੈ ਧਰਤੀ ਦੇ ਘਰਾਂ ਨੂੰ ਵੱਧ ਮਹੱਤਵ ਪ੍ਰਦਾਨ ਕਰਦੇ ਹੈ ਘਰਾਂ ਦੀ ਵੰਡ ਕਰਨ ਦੇ ਨੀਮਾਂ ਬਾਰੇ ਉਹ ਬਹਿਸ ਕਰਦੇ ਹੈ ਤੇ ਇਸ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਸਮੁੱਚੀ ਧਾਰਨਾ ਨੂੰ ਗੈਰ ਨਿਰਨਾਇਕ ਤੇ ਗਲਪ ਸਥਾਪਿਤ ਕਰ ਦਿੰਦੇ ਹੈ ਗ੍ਰਹਿ ਤੇ ਉਹਨਾਂ ਦੀ ਵਿਆਖਿਆਵਾਂ ਜੰਤਰੀ ਤਿਆਰ ਕਰਨ ਲਈ ਜੋਤੀਸ਼ਵਰ ਲੋਚੇ ਗਏ ਨਾਟਕ ਵਿੱਚ ਗ੍ਰਹਿ ਐਕਟਰਾਂ ਵਜੋਂ ਕੰਮ ਕਰਦੇ ਹਨ ਸੱਤ ਦੇਵਤਿਆਂ ਤੇ ਸੱਤ ਗ੍ਰਹਿ ਪਰਿਵਾਰ ਵਿੱਚ ਸਬੰਧਤ ਵਸਤੂਗਤ ਸੱਚਾਈਆਂ ਨੂੰ ਮੰਨ ਲੈਣਾ ਕਾਫੀ ਮੁਸ਼ਕਲ ਕੰਮ ਹੈ। ਭਾਵੇਂ ਉਹਨਾਂ ਨੂੰ ਦਿੱਤੀ ਗਈ ਸੰਗਿਆ ਇਤਿਹਾਸ ਤੇ ਮਿਥਿਹਾਸ ਨਾਲ ਭਰਪੂਰ ਹੈ। ਉਦਾਹਰਨ ਦੇ ਤੌਰ ਤੇ ਸ਼ੁਕਰਗ੍ਰਹਿ ਨੂੰ ਪਿਆਰ ਦੀ ਦੇਵੀ, ਮੰਗਲ ਗ੍ਰਹਿ ਨੂੰ ਯੁੱਧ ਦਾ ਦੇਵਤਾ, ਪੂਛਲ ਤਾਰਿਆਂ ਨੂੰ ਬਦਕਿਸਮਤੀ ਤੇ ਬਦਸ਼ਗਨੀ ਦੇ ਸੂਚਕ ਮੰਨਣਾ ਸਿਰਫ ਕਲਪਿਤ ਗੁਣ ਹੀ ਹਨ ਜਿਹੜੇ ਇਹਨਾਂ ਨਾਲ ਜੋੜੇ ਜਾਂਦੇ ਹਨ। ਪਿਆਰ, ਯੁੱਧ ਜਾਂ ਮਾੜੀ ਚੰਗੀ ਕਿਸਮਤ ਨਾਲ ਇਹਨਾਂ ਚੱਟਾਨਾਂ ਦੇ ਟੁਕੜਿਆਂ ਦਾ ਕੋਈ ਵੀ ਸਬੰਧ ਨਹੀਂ ਹੈ। ਨੀਲ ਆਰਮਸਟ੍ਰង ਤੇ ਉਹਦੇ ਹੋਰ ਨਾ ਸਹਿਯੋਗੀਆਂ ਨੇ ਚੰ드ਰਮਾ ਉੱਪਰ ਤੁਰ ਕੇ ਉਥੇ ਪ੍ਰਯੋਗਸ਼ਾਲਾ ਜਾਂ ਅਧਿਐਨ ਦੇ ਵਾਸਤੇ ਚਟਾਨਾਂ ਦੇ ਟੁਕੜੇ ਲੈ ਕੇ ਆਂਦੇ। ਪ੍ਰਾਚੀਨ ਤਾਰਾ ਵਿਗਿਆਨੀ ਕਮ ਜੋਤਸ਼ੀਆਂ ਨੇ ਇਹਨਾਂ ਚਟਾਨਾਂ ਮਤਲਬ ਗ੍ਰਹਿਆਂ ਨੂੰ ਦੇਵਤਿਆਂ ਦੇ ਨਾਂ ਦੇਣ ਲੱਗਿਆਂ ਹੀ ਨਹੀਂ ਸੋਚਿਆ ਕਿ ਮਨੁੱਖ ਇਹਨਾਂ ਦੇਵਤਿਆਂ ਉੱਤੇ ਤੁਰ ਸਕਦਾ ਹੈ। ਜੈ ਇਹਨਾਂ ਦੀਆਂ ਫੋਟੋਆਂ ਖਿੱਚਣ ਲਈ ਰਾਕਟ ਆਦ ਪੇਜੇਗਾ। ਧਰਤੀ ਦਾ ਪ੍ਰਭਾਵ ਅੱਖੋਂ ਓਲੇ ਕਰਨਾ ਜੋਤਿਸ਼ ਦੇ ਅਜੀਬ ਨਾਟਕ ਵਿੱਚ ਗ੍ਰਹਿ ਧਰਤੀ ਦੇ ਪ੍ਰਭਾਵ ਨੂੰ ਮਿਣਿਆ ਮਿਣਿਆ ਨਹੀਂ ਜਾਂਦਾ ਕਿਉਂਕਿ ਅਸੀਂ ਸੁੱਤੇ ਰਹਿੰਦੇ ਹਾਂ ਪ੍ਰਾਚੀਨ ਲੇਖਕਾਂ ਤੇ ਆਕਾਸ਼ ਨੂੰ ਨਿਹਾਰਨ ਵਾਲਿਆਂ ਨੂੰ ਇਹਦੀ ਜਾਣਕਾਰੀ ਹੀ ਨਹੀਂ ਸੀ ਧਰਤੀ ਹੋਰਨਾ ਗ੍ਰਹਾਂ ਦੀ ਭੰਤੀ ਚਮਕਦੀ ਵਿਖਾਈ ਦਿੰਦੀ ਹੈ ਪੁਲਾੜ ਯਾਤਰੀਆਂ ਨੇ ਪੁਲਾੜ ਦੇ ਵਿੱਚੋਂ ਇਹਦੀਆਂ ਤਸਵੀਰਾਂ ਖਿੱਚੀਆਂ ਤੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਹ ਉਨੀ ਹੀ ਸੁੰਦਰ ਵਿਖਾਈ ਦਿੰਦੀ ਹੈ ਜਿਨ੍ਹਾਂ ਚੰਦਰਮਾ ਜ਼ਿੰਦਗੀ ਉੱਪਰ ਪੈਂਦੇ ਪ੍ਰਭਾਵ ਨੂੰ ਮੁਕੰਮਲ ਤੌਰ ਤੇ ਤੇ ਨਿਰੋਲ ਰੂਪ ਚ ਗ੍ਰਹਿ ਧਰਤੀ ਵੱਲੋਂ ਹੀ ਨਿਰਧਾਰਤ ਕੀਤਾ ਜਾਂਦਾ ਹੈ ਜੇ ਕਿਸੇ ਪੁਚਾਲ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਹਦਾ ਕਾਰਨ ਸਿਰਫ ਧਰਤੀ ਦੀਆਂ ਆਪਣੀਆਂ ਸ਼ਕਤੀਆਂ ਹੀ ਹੁੰਦੀਆਂ ਜੇ ਹਵਾਈ ਜਹਾਜ਼ ਜਾਂ ਕਿਦਰੇ ਹੋਰ ਜਵਾਲਾਮੁਖੀ ਦੇ ਫਟਣ ਕਾਰਨ ਜ਼ਿੰਦਗੀ ਦੇ ਸੰਗੀਤ ਦੀ ਲਹਿ ਟੁੱਟਦੀ ਹੈ ਤਾਂ ਇਹਦੀ ਜ਼ਿੰਮੇਵਾਰੀ ਧਰਤੀ ਦੇ ਗਰਭ ਅੰਦਰ ਲਈ ਗਰਮ ਗਰਮ ਪੂ ਪਾਗ ਉੱਪਰ ਹੀ ਜਾਂਦੀ ਹੈ ਤੇ ਜੇ ਹੜਾਂ ਕਾਰਨ ਜਾਨੀ ਤੇ ਮਾਲੀ ਤਬਾਈ ਹੁੰਦੀ ਹੈ ਤਾਂ ਇਸ ਦਾ ਕਾਰਨ ਮੌਸਮ ਵਿੱਚ ਲੀਆਂ ਗੜਬੜੀਆਂ ਜਾਂ ਤਬਦੀਲੀਆਂ ਹੁੰਨ। ਅਜੀਆਂ ਧਰਤੀ ਉੱਪਰ ਵਾਪਰਨ ਵਾਲੀਆਂ ਘਟਨਾਵਾਂ ਤੇ ਹੋਰ ਨਗਰਿਆਂ ਵਿੱਚਕਾਰ ਕੋਈ ਵੀ ਸਬੰਧ ਨਹੀਂ ਹੁੰਦਾ। ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੇ ਵੱਖੋ ਵੱਖਰੇ ਮੌਸਮਾਂ ਲਈ ਗ੍ਰਹਿ ਧਰਤੀ ਦੀ ਡੀਲ ਡਾਲ ਤੇ ਕੋਈ ਹੋਰ ਕਾਰਨ ਜ਼ਿੰਮੇਵਾਰ ਹੁੰਦੇ ਆ। ਬਰਸਾਤ ਵਾਲੇ ਦਿਨ ਇਮਾਰਤ ਸਾਜ਼ੀ ਤੇ ਖੇਤੀਬਾੜੀ ਨਾਲ ਸੰਬੰਧਿਤ ਕਾਰੋਬਾਰ ਠੱਪ ਹੋ ਜਾਂਦੇ ਐ ਤੇ ਦੁਕਾਨਾਂ ਤੇ ਦਫ਼ਤਰਾਂ 'ਚ ਗਹਿਮਾ-ਗੈਮੀ ਘਟ ਜਾਂਦੀ ਐ ਸਾਡੇ ਕਿੱਤੇ ਅਤੇ ਧੰਦੇ ਅਕਸਰ ਧਰਤੀ ਦੇ ਉਸ ਖਿੱਤੇ ਨਾਲ ਹੀ ਸੰਬੰਧਿਤ ਹੁੰਦੇ ਆ ਜੇ ਸੁਪਰ ਅਸੀਂ ਰਹਿੰਦੇ ਆ ਜਹਾਜ਼ਬਾਜ਼ੀ, ਮੱਛੀ ਪਾਲਣ, ਸੈਰ-ਸਪਟਾ, ਇਮਾਰਤ ਲੱਕੜੀ ਦੀ ਕਟਾਈ ਤੇ ਇਸ ਤਰ੍ਹਾਂ ਹੀ ਸਭ ਕਾਰੋਬਾਰ ਧਰਤੀ ਦੇ ਕਿਸੇ ਵਿਸ਼ੇਸ਼ ਭਾਗ ਨਾਲ ਹੀ ਜੁੜੇ ਹੁੰਦੇ ਆ ਮੱਛੀ ਪਾਲਣ ਤੇ ਸਮੁੰਦਰੀ ਜਹਾਜ਼ਬਾਜ਼ੀ ਦੇ ਕਾਰੋਬਾਰ ਸਮੁੰਦਰੀ ਤੱਟ ਦੇ ਨੇੜਲੇ ਇਲਾਕਿਆਂ ਨਾਲ ਸਬੰਧਤ ਹਨ ਜਦਕਿ ਮੈਦਾਨੀ ਇਲਾਕਿਆਂ ਦੇ ਲੋਕ ਪਸ਼ੂ ਪਾਲਣ ਤੇ ਖੇਤੀਬਾੜੀ ਦੇ ਧੰਦੇ ਅਪਣਾਉਂਦੇ ਹਨ ਜਿੱਥੇ ਕਿਦਰੇ ਖਾਣਾ ਹਨ ਉੱਥੋਂ ਦੇ ਕਿਤੇ ਖਣੇਜ ਉਦਯੋਗ ਨਾਲ ਸਬੰਧਤ ਹੁੰਦੇ ਹਨ ਜਿਹੜੇ ਲੋਕੀ ਕਈ ਨਸਲਾਂ ਦੇ ਤੋਂਪੂਮਧ ਰੇਖਾ ਦੇ ਖੇਤਰਾਂ 'ਚ ਰਹਿੰਦੇ ਹਨ ਗਰਮੀ ਦੇ ਕਾਰਨ ਉਹਨਾਂ ਦੇ ਰੰਗ ਕਾਲੇ ਹੋ ਗਏ ਪਹਾੜੀ ਖੇਤਰਾਾਂ ਚ ਉੱਚੇ ਧਰਤਾਂ ਵਿਚ ਵਸਣ ਵਾਲੇ ਲੋਕਾਂ ਦੇ ਰੰਗ ਪੀਲੇ ਜਾਂ ਗੋਰੇ ਹੋ ਗਏ ਇਸ ਲਈ ਦਲੀਲ ਦਿੱਤੀ ਜਾ ਸਕਦੀ ਹੈ ਕਿ ਧਰਤੀ ਉੱਪਰ ਮਸਲਿਆਂ ਵਿੱਚ ਕਿਸੇ ਵੀ ਹੋਰ ਗ੍ਰਹਿ ਦੀ ਕੋਈ ਵੀ ਦਖਲਅੰਦਾਜ਼ੀ ਨਹੀਂ ਹੈ ਉਦਾਹਰਨ ਦੇ ਲਈ ਅਸੀਂ ਸਮਝ ਸਕਦੇ ਹਾਂ ਕਿ ਜੇ ਲੋਕੀ ਕਾਂਗਰਸ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਕਰਦੇ ਤਾਂ ਅਗਲੀਆਂ ਚੋਣਾਂ ਸਮੇ ਵੋਟਰਾਂ ਹੀ ਉਹਨਾਂ ਨੂੰ ਬਦਲ ਸਕਦੇ ਹਨ ਨਾ ਕਿ ਕਿਸੇ ਗ੍ਰਹਿ ਦਾ ਪ੍ਰਭਾਵ ਜਿਆ ਕਰਦਾ ਹੈ ਜੋਤਿਸ਼ ਤੇ ਦੂਜੇ ਸਮਾਜਿਕ ਵਿਗਿਆਨ ਜੋਤਿਸ਼ ਦਾ ਗਿਆਨ ਭਾਵੇਂ ਮਨੁੱਖ ਨੂੰ ਬਹੁਤ ਪੁਰਾਣੇ ਸਮਿਆਂ ਤੋਂ ਹੈ ਤੇ ਸਥਾਪਤੀ ਲਈ ਉਹਨੇ ਬਹੁਤ ਪਾਪੜ ਵੇਲੇ ਹੈ ਫਿਰ ਵੀ ਇਹ ਕੋਈ ਸਤਕਾਰਤ ਵਿਸ਼ਾ ਨਹੀਂ ਬਣ ਸਕਿਆ ਕਈ ਜੋਤਿਸ਼ੀ ਜੋਤਿਸ਼ ਦੇ ਵਿਗਿਆਨਕ ਹੋਣ ਦਾ ਦਾਵਾ ਕਰਦੇ ਹੈ ਜਦ ਕਿ ਉਹ ਇਹਦੀ ਅਰਥ ਸ਼ਾਸਤਰ ਰਾਜਨੀਤੀ ਸ਼ਾਸਤਰ ਸਮਾਜ ਸ਼ਾਸਤਰ ਜਾਂ ਹੋਰ ਨਾ ਸਮਾਜਿਕ ਵਿਗਿਆਨਾਂ ਨਾਲ ਤੁਲਨਾ ਹੀ ਨਹੀਂ ਕਰ ਸਕਦੇ ਇਹ ਸਮਾਜਿਕ ਵਿਗਿਆਨਾਂ ਸਾਡੇ ਸਮਾਜਿਕ ਰਾਜਨੀਤਿਕ ਢਾਂਚੇ 'ਚ ਮੁਕੰਮਲ ਤੌਰ ਤੇ ਅਨੁਕੂਲ ਬੈਠਦੀਆਂ ਹਨ ਅਸੀਂ ਵੱਖੋ ਵਖਰੇ ਢੰਗਾਂ ਨਾਲ ਸਰਕਾਰਾਂ ਚਲਾਉਂਦੇ ਹਾਂ ਨਵੇਂ ਨਿਯਮ ਲਾਗੂ ਕਰਕੇ ਅਸੀਂ ਆਪਣੀਆਂ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਦਾ ਹੱਲ ਕਰਦੇ ਹਾਂ ਤੇ ਮਨੁੱਖਤਾ ਦੀ ਬਿਹਤਰੀ ਵਾਸਤੇ ਵਿਲਾ ਵਿਹਾ ਚੁੱਕੇ ਪੁਰਾਣੇ ਨਿਯਮਾਂ ਨੂੰ ਬਦਲਦੇ ਵੀ ਹਾਂ ਰਾਜਨੀਤੀ ਸ਼ਾਸਤਰ ਨਵੀਂ ਸਿਆਸੀ ਜਾਗਰੂਕਤਾ ਪੈਦਾ ਕਰਦਾ ਹੈ ਇਹਨੇ ਬਾਦਸ਼ਾਹਾਂ ਦੀ ਗੁਲਾਮੀ ਨੂੰ ਖਤਮ ਕੀਤਾ ਤੇ ਜਮਹੂਰੀ ਢੰਗ ਤਰੀਕਿਆਂ ਦੀ ਇਜਾਜ਼ਤ ਕੀਤੀ ਅਰਥ ਸ਼ਾਸਤਰ ਦੇ ਅਧਿਐਨ ਨਾਲ ਸਾਨੂੰ ਧਨ ਕਮਾਉਣ ਤੇ ਖਰਚ ਕਰਨ ਬਾਰੇ ਸਿੱਖਿਆ ਮਿਲਦੀ ਹੈ ਇਹਦੇ ਗਿਆਨ ਨਾਲ ਹੀ ਸਾਡਾ ਜੀਵਨ ਮਿਆਰ ਉੱਚਾ ਉੱਠਿਆ ਹੈ ਸਮਾਜ ਸ਼ਾਸਤਰ ਨੇ ਸਾਡੇ ਚ ਨਵੀਂ ਸਮਾਜੀ ਚੇਤਨਤਾ ਪੈਦਾ ਕੀਤੀ ਹੈ ਇਸ ਨਾਲ ਸਾਡੀ ਜ਼ਿੰਦਗੀ ਚ ਗੁਣਾਤਮਕ ਸੁਧਾਰ ਹੋਇਆ ਪਰ ਜੋਤਿਸ਼ ਨੇ ਸਮੁੱਚੀ ਮਨੁੱਖ ਜਾਤੀ ਦੀ ਖੁਸ਼ਹਾਲੀ ਤੇ ਤਰੱਕੀ ਚ ਕੀ ਭੂਮਿਕਾ ਅਦਾ ਕੀਤੀ ਹੈ ਸવાય ਜੋਤਸ਼ੀਆਂ ਦੀ ਜ਼ਿੰਦਗੀ ਚ ਖੁਸ਼ਹਾਲੀ ਤੇ ਉਮੰਤੀ ਲਿਆਉਣੀ ਇਨੇ ਪਰਿਵਾਰਾਂ ਨੂੰ ਤਬਾਹ ਕੀਤਾ ਤੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਵੀ ਕੀਤਾ ਮੈਂ ਬਹੁਤ ਸਾਰੇ ਪਰਿਵਾਰਾਂ ਨਾਲ ਮੁਲਾਕਾਤਾਂ ਕੀਤੀਆਂ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਜੋਤਿਸ਼ ਵਿੱਚ ਉਹਨਾਂ ਦੇ ਵਿਸ਼ਵਾਸ ਤੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਇੱਕ ਹੋਰ ਗੱਲ ਇਹ ਵੀ ਹੈ ਕਿ ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਤੇ ਅਰਥ ਸ਼ਾਸਤਰ ਵਰਗੇ ਵਿਸ਼ੇ ਸਮੁੱਚੇ ਬ੍ਰਹਿਮੰਡ ਵਿੱਚ ਕਿਧਰੇ ਵੀ ਕਾਮਯਾਬੀ ਨਾਲ ਵਰਤੇ ਜਾ ਸਕਦੇ ਹਨ ਬ੍ਰਹਸਪਤੀ ਦੇ 16 ਉਪਗ੍ਰਹ ਸ਼ਨੀ ਦੇ 17 ਯੂਰਨੀਅਸ ਦੇ 15 ਨੈਪਚੂਨ ਦੇ 8 ਉਪਗ੍ਰਹ ਹਨ ਰਾਸ਼ੀ ਚੱਕਰ ਦੇ 12 ਚਿੰਨਾਂ ਨੂੰ ਜੋਤਸ਼ੀ ਇਹਨਾਂ ਗ੍ਰਹਾਂ ਉੱਪਰ ਕਿਵੇਂ ਵਰਤਣਗੇ ਜਦਕਿ ਇਹਨਾਂ ਦੇ ਉਪਗ੍ਰਹਾਂ ਦੀ ਗਿਣਤੀ ਰਾਸ਼ੀ ਚੱਕਰ ਦੇ ਪੂਰੇ ਗ੍ਰਹਾਂ ਨਾਲੋਂ ਵੀ ਵੱਧ ਹੈ ਇਹਨਾਂ ਗ੍ਰਹਾਂ ਦੇ ਕਿਸੇ ਇੱਕ ਉਪਗ੍ਰਹ ਉੱਪਰ ਰਹਿੰਦੇ ਵਿਅਕਤੀਆਂ ਦੀ ਜੰਤਰੀ ਜੋਤਸ਼ੀ ਕਿਵੇਂ ਤਿਆਰ ਕਰਨਗੇ ਜੋਤਿਸ਼ਕ ਵਿਗਿਆਨਕ ਵਿਸ਼ੱਕੇਵੇਂ ਹੋ ਸਕਦਾ ਹੈ ਜਦਕਿ ਇਹਦੇ ਸਿੱਟੇ 6% ਤੋਂ ਘੱਟ ਸਹੀ ਹੁੰਦੇ ਆ ਤੇ ਇਹ ਸਿੱਟੇ ਵੀ ਸਿਰਫ ਤੀਰਤੁੱਕੇ ਨਾਲ ਜਾਂ ਮੌਕਾ ਮੇਲ ਦੇ ਸਿਧਾਂਤ ਅਨੁਸਾਰ ਹੀ ਕੱਢੇ ਜਾਂਦੇ ਹਨ ਜੋਤਸ਼ੀ ਹੋਣ ਦਾ ਦਾਵਾ ਨਾ ਕਰਨ ਵਾਲਾ ਬੱਚਾ ਜਾਂ ਸਧਾਰਨ ਵਿਅਕਤੀ ਵੀ ਅਜਿਹੇ ਸਿੱਟੇ ਕੱਢ ਸਕਦਾ ਹੈ ਜੇ ਇੱਕ ਬੱਚਾ ਇਹ ਕਹਿੰਦਾ ਕਿ ਅੱਜ ਮੇਰੀ ਮਾਸੀ ਆਵੇਗੀ ਤੇ ਉਸ ਬੱਬੇ ਹੀ ਆ ਜਾਂਦੀ ਹੈ ਉਹ ਬੱਚਾ ਜੋਤਸ਼ੀ ਨਹੀਂ ਬਣ ਜਾਂਦਾ ਕਿਉਂਕਿ ਕਈ ਵਾਰ ਜਿਹੀਆਂ ਘਟਨਾਵਾਂ ਸਬਬੀ ਸੱਚੀਆਂ ਹੋ ਜਾਂਦੀਆਂ ਜਿਨ੍ਹਾਂ ਨੂੰ ਖਾਸ ਮਹੱਤਤਾ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਅਜਿਹੀਆਂ ਗੱਲਾਂ ਹਰ ਵਾਰੀ ਸੱਚੀਆਂ ਨਹੀਂ ਹੁੰਦੀਆਂ ਇਸ ਤਰ੍ਹਾਂ ਇੱਕ ਫੋਕੇ ਵਿਸ਼ਵਾਸਾਂ ਉਪਰ ਅਧਾਰਿਤ ਨਕਲੀ ਗਿਆਨ ਦੀ ਅਰਥ ਸ਼ਾਸਤਰ ਰਾਜਨੀਤੀ ਸ਼ਾਸਤਰ ਤੇ ਸਮਾਜ ਸ਼ਾਸਤਰ ਵਰਗੇ ਸਥਾਪਿਤ ਤੇ ਤਸਦੀਕਸ਼ੁਦਾ ਗਿਆਨ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਬਿਨਾਂ ਕਿਸੇ ਸ਼ੱਕ ਦੇ ਇਹ ਆਖਿਆ ਜਾ ਸਕਦਾ ਹੈ ਕਿ ਜੋਤਿਸ਼ ਕੋਈ ਸਤਕਾਰਤ ਤੇ ਪ੍ਰਮਾਣਿਤ ਵਿਸ਼ਾ ਨਹੀਂ ਹੈ ਜਿਵੇਂ ਰਸਾਇਣ ਵਿਗਿਆਨ ਤੇ ਔਸ਼ਧੀ ਸ਼ਾਸਤਰ ਦੇ ਵਿਕਾਸ ਨੇ ਕੀਮਿਆਈ ਤਾਤਾਂ ਤੇ ਸੋਨਾ ਬਣਾਉਣ ਦਾ ਕਲਪਤਿ ਵਿਗਿਆਨ ਤੇ ਟੂਣੇ ਟਾਮਣ ਭੂਤ ਵਿੱਦਿਆ ਦਾ ਖਾਤਮਾ ਕਰ ਦਿੱਤਾ ਉਸੇ ਤਰ੍ਹਾਂ ਵਿਗਿਆਨ ਵਿੱਚ ਹੋਈ ਤਰੱਕੀ ਨੇ ਜੋਤਿਸ਼ ਦਾ ਇਹ ਨਕਲੀ ਵਿਗਿਆਨ ਵੱਜੋਂ ਸਿੱਧ ਕਰ ਦਿੱਤਾ ਹੈ ਧੰਨਵਾਦ